ਕਮਜ਼ੋਰੀਆਂ, ਸਾਡੇ 'ਚ ਕਮਜ਼ੋਰੀਆਂ ਪਤਾ ਕੀ ਆ, ਸਾਡੇ 'ਚ ਕਮਜ਼ੋਰੀ ਇਹ ਆ ਕਿ ਸਾਡੇ ਲੰਗਰ ਬੜੇ ਲੱਗਦੇ, ਥਾਂ ਥਾਂ ਅਸੀਂ ਲੰਗਰ ਲਾਉਣ ਡੇ ਹਾਂ, ਕਰੋੜਾਂ ਰੁਪਈਆ ਅਸੀਂ ਲੰਗਰਾਂ 'ਚ ਖਰਚ ਕਰਨ ਡੇ ਹਾਂ, ਕਰੋੜਾਂ ਰੁਪਈਆ ਅਸੀਂ ਛਬੀਲਾਂ 'ਤੇ ਖਰਚ ਕਰਦੇ ਹਾਂ। ਕਿਤੇ ਮਸੀਹ ਧਰਮ ਵਾਲਿਆਂ ਵੀ ਕਿਤੇ ਲੰਗਰ ਲਾਇਆ? ਤੁਸੀਂ ਕਹਿੰਦੇ ਜੋ ਨਾ ਵੀ ਉਹ ਸਾਰੇ ਮਸੀਹ ਬਣਦੇ ਜਾਂਦੇ ਆ, ਉਹਨਾਂ ਕਦੀ ਲੰਗਰ ਲਾਇਆ ਨਹੀਂ ਨਾ ਲਾਇਆ, ਕਿਉਂ ਨਹੀਂ ਲਾਇਆ ਭਲਾ? ਉਹ ਲੰਗਰ ਨਹੀਂ ਲਾਉਂਦੇ, ਉਹ ਜਿਹੜਾ ਗਰੀਬ ਹੁੰਦਾ ਉਹਨੂੰ ਬਾਹੋਂ ਫੜਦੇ, ਉਹਦਾ ਬੱਚਾ ਪੜਾਉਂਦੇ ਆ, ਉਹਦਾ ਬੱਚਾ ਪੜਾਉਂਦੇ, ਉਹਦੇ ਪਰਿਵਾਰ ਨੂੰ ਰਾਸ਼ਨ ਪਾ ਕੇ ਦਿੰਦੇ ਆ, ਉਹਨੂੰ ਬਕਾਇਦਾ ਆਪਣਾ ਕੋਈ ਕੰਮ ਖੋਲ੍ਹ ਕੇ ਦਿੰਦੇ ਆ। ਉਹ ਬੰਦਾ ਗਾਤਰ ਵਾਲਾ ਕਿ ਕਿੱਲੀ ਦੇ ਨਾਲ ਟੰਗੇ ਤਾਂ ਕਰੇਗੀ, ਤੁਹਾਡੇ ਜਥੇਬੰਦੀਆਂ ਨੂੰ ਉਹਨਾਂ ਕੀ ਕਰਨਾ, ਚਾਰ ਪਾਉਣਾ ਤੁਹਾਡੇ ਜਥੇਬੰਦੀਆਂ ਦਾ? ਧਰਮ ਨੂੰ ਢਾਹ ਲਾਉਣ ਵਾਲੇ ਤੁਸੀਂ ਆਗੂ, ਸਾਰੇ ਜਣੇ ਤੁਸੀਂ ਆਗੂ, ਕਦੀ ਕਿਸੇ ਨੇ ਮਦਦ ਕੀਤੀ ਆ ਕਿ ਗਰੀਬ ਦੀ ਮਦਦ ਕੀਤੀ? ਕਦੇ ਦਾਣੇ ਸੁੱਟ ਕੇ ਆਏ ਜੋ? ਦੂਜਾ ਨੁਕਸ ਵੇਖੋ ਬਾਹਰ ਵਾਲਿਆਂ ਦਾ, ਅਮੈਰੀਕਾ ਵਾਲਿਆ, ਕੈਨੇਡਾ ਵਾਲਿਆ, ਬਾਹਰ ਜਿੰਨੀਆਂ ਮੈਂ ਕੈਂਟਰੀਆਂ 'ਤੇ ਬੈਠੇ ਸਿੱਖ ਝੁੱਕਦੇ, ਜਿਹੜਾ ਦੋ ਕੁ ਵਚਨ ਬੋਲਦਾ, ਕਰਾਰੇ ਬੋਲਦਾ, ਨਾਰੇ ਲਾ ਦਿੰਦਾ, ਦੋ ਕੁ ਉਹਨੂੰ ਛੁੱਟੋ ਪੈਸਾ ਦਵਾ, ਇਹ ਬੜਾ ਬੰਦਾ ਮੈਂ ਨਾ ਤਕੜਾ ਜੋ, ਕੱਟੜਵਾਦੀ ਜੋ, ਇਹ ਬੜਾ ਵਧੀਆ ਬੁਲਾਰਾ ਜੋ, ਇਹ ਜਿਹੜੀ ਮਾਇਆ ਸੁੱਟੀ ਜਾਂਦੇ ਨਾ ਤੁਸੀਂ ਤਾਂ ਬੇੜਾ ਕਰੀ ਜਾਂਦੇ ਜੋ ਕੌਮ ਦਾ। ਮਾਇਆ ਦੇਣੀ ਆ, ਮਾਇਆ ਉੱਥੇ ਦਿਉ ਜਿੱਥੇ ਲੋੜਵੰਦ ਆ। ਕੋਈ ਅੱਗੇ ਵਿਖਾਉਂਦਾ ਤੁਹਾਨੂੰ ਵੀ ਆਹ ਲੋੜਵੰਦ ਆ, ਉਹਦੀ ਇਨਕੁਇਰੀ ਕਰੋ, ਉਹ ਲੋੜਵੰਦ ਦੀ ਆ ਕੇ ਜਾਂ ਆਪ ਸਿੰਘ ਕੋਈ ਮਦਦ ਕਰੋ, ਇਹਨਾਂ ਬਾਬਿਆਂ ਨੂੰ ਵੱਡੇ ਢਿੱਡ ਵਾਲਿਆਂ ਨੂੰ ਨਾ ਤੁਸੀਂ ਇਹ ਕੰਮ ਕਰਵਾਓ, ਇਹਨਾਂ ਨੇ ਸਾਡਾ ਪੰਥ ਦਾ ਕੌਮ ਦਾ ਬੇੜਾ ਕਰਕੇ ਕਰਤਾ ਵਾ। ਪਿੰਡਾਂ ਵਾਲਿਆਂ ਨੂੰ ਵੀ ਬੇਨਤੀ ਆ ਮੇਰੇ ਵੀਰੋ, ਤੁਹਾਨੂੰ ਬੇਨਤੀ ਆ ਮੇਰੇ ਵੱਲੋਂ, ਜਥਾ ਸਿਰਲਾ ਖਾਲਸਾ ਵੱਲੋਂ ਬੇਨਤੀ ਆ, ਦਾਸ ਨੇ ਔਕਾਤ ਦਾ ਮਾਲਕ ਨੇ ਕਿ ਤੁਹਾਨੂੰ ਕੋਈ ਹੁਕਮ ਕਰੇ, ਬੇਨਤੀ ਕਰਦਾ ਤੁਹਾਡੇ ਚਰਨਾਂ ਦੇ ਵਿੱਚ ਕਿ ਜਿਹੜੀ ਬੋਰੀ ਤੁਸੀਂ ਆਏ ਬਾਬਿਆਂ ਨੂੰ ਸਵਾ ਕੁਇੰਟਲ ਦੀ ਭਰਾਉਂਦੇ ਜੋ ਨਾ, ਉਹ ਲਾ ਕੇ ਗਰੀਬ ਵੇਖ ਲਿਆ ਕਰੋ, ਕੋਈ ਗੁਰਸਿੱਖ ਜਾਂ ਕੋਈ ਉੱਦਾਂ ਕੋਈ ਗਰੀਬ ਵੇਖ ਲਿਆ ਕਰੋ, ਮਾਤੜ ਉਹਦੇ ਘਰ ਸੁੱਟ ਦਿਆ ਕਰੋ ਬੋਰੀ, ਤੁਹਾਡੀ ਕੌਮ ਜਿਹੜੀ ਖੇਰੂ ਖੇਰੂ ਨਹੀਂ ਹੋਊਗੀ। ਇੱਕ ਤਾਂ ਤੁਹਾਡਾ ਸਤਿਕਾਰ ਵਧੂਗਾ ਜਦੋਂ ਲੰਘੋਗੇ, ਉਹ ਬਾਬਾ ਜੀ ਕਰਕੇ ਤੁਹਾਡੇ ਚਰਨੀ ਹੱਥ ਪਾਊਗਾ ਵੀ ਤੂੰ 6 ਮਹੀਨਿਆਂ ਦਾ ਰਾਸ਼ਨ ਪਾਇਆ ਮੇਰੇ ਘਰ, ਮੈਂ ਤੇਰਾ ਦੇਣ ਨਹੀਂ ਦੇ ਸਕਦਾ। ਚੁੱਕਦੇ ਉਹ ਲਿਆਉਂਦੇ ਆ, ਕਿਸੇ ਕੋਲ ਕਰੋੜ ਦੀ ਗੱਡੀ ਆ, ਕਿਸੇ ਕੋਲ 2 ਕਰੋੜ ਦੀ, 20-20 ਗੱਡੀਆਂ ਰੱਖੀਆਂ ਡੇਰਿਆਂ ਦੇ ਵਿੱਚ, ਬੜੇ ਬੜੇ ਢਿੱਡ ਉਹਨਾਂ ਦੇ, 8-8 ਗੱਡੀਆਂ ਉਹਦੀਆਂ ਚਿੱਟੇ ਚੋਲੇ ਪਾਏ ਆ, ਤਕੜੇ ਹੋ ਗਏ ਤੁਸੀਂ ਬਾਬਾ ਜੀ, ਅੱਖਾਂ ਮੀਟ ਲੀਆਂ, ਕਿਤੇ ਸਰਾਫ ਨਾ ਦੇ ਦਿਓ ਸਾਨੂੰ, ਭਰ ਲਓ ਬੋਰੀਆਂ ਜਿੰਨੀਆਂ ਭਰਨੀਆਂ ਅਸੀਂ ਇਹਨੂੰ ਮੂੰਹ ਕਰ ਲੈਂਦੇ ਹਾਂ। ਇਹ ਤੁਹਾਡੀਆਂ ਕਮਜ਼ੋਰੀਆਂ ਵਾ, ਤੁਸੀਂ ਬੇੜਾ ਗਰਕ ਕਰਨ ਵਾਲੇ ਤੁਸੀਂ, ਜੋ ਤੁਹਾਨੂੰ ਦੱਸਾਂ ਕੌਮ ਦਾ ਵੱਡਿਆਂ 'ਤੇ ਤੁਸੀਂ ਆਗੂ ਉਹਨੂੰ ਕਹਿੰਦੇ ਆਗੂ ਤਾਂ ਭਾਅ ਜੀ ਜਿਹਨੂੰ ਮਖਾਣ ਲਈ ਮਿਲਣਾ, 1-1 ਲੱਖ ਗੱਡੀਆਂ, 80-80 ਲੱਖ ਦੀਆਂ ਗੱਡੀਆਂ ਮਿਲੀਆਂ, ਉਹ ਪਾਗਲ ਹੈ ਤੁਹਾਡੇ ਪੰਥ ਦੀ ਗੱਲ ਕਰੇ, ਉਹਨੂੰ ਕੀ ਲੋੜ ਤੁਹਾਡੇ ਪੰਥ ਦੀ ਗੱਲ ਕਰਨ ਦੀ? ਅੱਜ ਤੁਹਾਨੂੰ ਉੱਠਣਾ ਹੀ ਪੈਣ ਡਿਆ ਨਾ, ਸਾਰੇ ਪਿੰਡਾਂ ਵਾਲਿਆਂ ਨੂੰ ਉੱਠਣਾ ਪੈਣ ਡਿਆ, ਸ਼ਹਿਰ ਵਾਲੇ ਥੱਲੇ ਗਰਾਊਂਡ ਲੈਵਲ 'ਤੇ ਜਿਹੜੇ ਉਹ ਉੱਠੇ ਸਿੰਘ, ਉਹਨਾਂ ਨੂੰ ਉੱਠਣਾ ਪਿਆ ਨਾ। ਜਾਗ ਹੋ ਗਏ ਤਾਂ ਕੌਮ ਦਾ ਕੁਝ ਸੋਹਰੂਗਾ, ਨਹੀਂ ਤਾਂ ਤੁਹਾਡੀਆਂ ਨਸਲਾਂ ਦਾ ਬੇੜਾ ਗਰਕੇ ਕਰ ਦੇਣਗੇ, ਤੁਹਾਨੂੰ ਦੱਸਾਂ ਜਿਹੜੇ ਅੱਗੇ ਲਾਏ ਜੋ। ਕਿਰਪਾ ਕਰਕੇ ਥੋੜ੍ਹਾ ਖਿਆਲ ਕਰੋ ਕੌਮ ਵੱਲ ਵੀ, ਘਰ ਦੇ ਕੰਮ ਆਪਾਂ ਸਾਰੇ ਹੀ ਕਰਦੇ, ਅਸੀਂ ਵੀ ਕਰਦੇ, ਮੈਂ 10 ਡੰਗਰ ਚੋ ਗਏ, ਪੱਠੇ ਪਾ ਗਏ, ਹੁਣ ਫਿਰ ਪੱਠੇ ਪਾਉਣੇ ਲੀੜੇ ਲਾ ਕੇ, ਕਿਰਤੀ ਸਿੱਖ ਅਸੀਂ, ਅਸੀਂ ਵਿਹਲੜ ਬਾਬੇ ਨਹੀਂ ਹਾਂ, ਕੋਈ ਜਥੇ ਚਲਾਉਣ ਡੇ ਹਾਂ ਅਤੇ ਅਸੀਂ ਵਿਹਲੜ ਐਡੀ ਜਿਹੜਾ ਗੋਗੜਾਂ ਦੇ ਪੰਜ ਗੱਡੀਆਂ ਸਾਡੇ ਕੋਲ ਕਰੋੜ ਕਰੋੜ ਲੱਗੀਆਂ, ਉੱਦਾਂ ਦੇ ਨਹੀਂ ਅਸੀਂ, ਕੋਈ ਸਿੰਘ ਸਾਡਾ ਸਿਰਲਾਥ ਖਾਲਸਾਲਾ, ਕੋਈ ਟੈਂਪੂ ਚਲਾਉਂਦਾ, ਕੋਈ ਟਰੱਕ ਚਲਾਉਣ ਡਿਆ ਵਾ, ਕੋਈ ਵਿਚਾਰਾ ਕਿਤੇ ਗੁਰਦੁਆਰੇ ਨੌਕਰੀ ਕਰਨ ਡਿਆ, ਕੋਈ ਪਾਠੀ ਗ੍ਰੰਥੀ ਨੌਕਰੀ ਕਰਨ ਡਿਆ ਵਾ, ਇਹ ਜਿਹੜੇ ਥੱਲੇ ਕੋਈ ਵੀ ਸੰਸਥਾ ਚਲਾਉਣ ਡਿਆ, ਨਿੱਕੀਆਂ ਨਿੱਕੀਆਂ ਜਿਹੜੀਆਂ ਆਮ ਬਣਾਈਆਂ ਵਿਚਾਰਿਆਂ ਨੇ, ਸੁਸਾਇਟੀਆਂ ਬਣਾਈਆਂ ਜਾਂ ਕੁਝ ਵੀ ਜਥੇਬੰਦੀਆਂ ਨਿੱਕੀਆਂ ਨਿੱਕੀਆਂ ਬਣਾਈਆਂ, ਉਹ ਕਾਰਜ ਕਰਨ ਵਾਸਤੇ ਬਣਾਈਆਂ, ਕੋਈ ਚੌਧਰਾਂ ਨੂੰ ਨਹੀਂ ਬਣਾਈਆਂ ਕਿਸੇ ਨੇ। ਅੱਜ ਜਿਹੜਾ ਸਾਨੂੰ ਬੋਲਣਾ ਪੈਣ ਡਿਆ ਨਾ, ਅਸੀਂ ਤਾਂ ਅੱਜ ਦਾ ਬੋਲ ਜ਼ਿੰਦਗੀ ਭਰ ਨਹੀਂ ਸਕਦੇ, ਅਸੀਂ ਸਾਨੂੰ ਬੋਲਣਾ ਕਿਹਨੇ ਸਿਖਾਇਆ? ਤੁਸੀਂ ਜ਼ਿੰਦਗੀ ਭਰ ਨਹੀਂ ਅਸੀਂ ਪੱਠੇ ਵੱਟ ਬੰਦੇ ਬੋਲ ਸਕਦੇ, ਅਸੀਂ ਤਾਂ ਆਮ ਬੰਦੇ ਜਾਂ ਯਾਰ ਨਿਊਟਰਲ ਜਿਹੇ ਬੰਦੇ, ਅਸੀਂ ਸਾਨੂੰ ਕਿਉਂ ਬੋਲਣਾ ਪੈਣ ਡਿਆ? ਕਿਉਂਕਿ ਵੇਖਿਆ ਥਾਂ ਥਾਂ ਨਰਾਦਰ ਹੋਣਾ, ਇਹਨਾਂ ਬਿਆਨ ਤੱਕ ਨਹੀਂ ਦਿੰਦੇ ਸਾਡੇ ਆਗੂ, ਸਤਿਗੁਰ ਦਾ ਥਾਂ ਥਾਂ ਨਰਾਦਰ ਹੋਣ ਡਿਆ ਸਾਡੇ ਦਾ, ਅਤੇ ਜਦੋਂ ਗੱਲ ਨਾ ਕਰਨੀ ਹੁੰਦੀ ਸਾਡੇ ਅੱਗੇ ਕਰਨੀ ਹੁੰਦੀ, ਬਾਣੀ 'ਚ ਗੱਲ ਕਰਦੇ ਵੀ ਇਹਨਾਂ ਨੂੰ ਕਿਹੜੀ ਆਉਂਦੀ ਆ, ਇਹਨਾਂ ਨੂੰ ਤਾਂ ਇੱਦਾਂ ਘੇਰਦੇ ਅਸੀਂ। ਕਿੰਨੇ ਕੁ ਦਿਨ ਘੇਰੋਗੇ ਪੁੱਤ ਘੇਰੇ? ਤੁਸੀਂ ਜਾਣਾ, ਤੁਹਾਨੂੰ ਮੈਂ ਦੱਸਾਂ ਜਿਹੜੇ ਤੁਹਾਡੇ ਲੱਛਣ ਆ ਨਾ, ਜਿਹੜੀਆਂ ਤੁਸੀਂ ਗਰਾਈਆਂ ਦੇ ਵਿੱਚ ਪਲਡੇ ਜੋ, ਜ਼ਿਆਦਾ ਨਾ ਬੱਚੇ ਤੁਹਾਡੇ ਨੂੰ ਹੀ ਪਲਣੇ, ਜੇ ਸਾਡੇ ਬੱਚਿਆਂ ਦਾ ਨਹੀਂ ਨਾ ਸੋਚਣ ਡੇ, ਤੁਸੀਂ ਸਾਡੀ ਕੌਮ ਦੇ ਬੱਚੇ ਦਾ ਨਹੀਂ ਨਾ ਸੋਚਣ ਡੇ, ਸੋਚਿਆ ਤੁਹਾਡਾ ਵੀ ਨਹੀਂ ਜਾਣਾ। ਦਾਸ ਵੱਲੋਂ ਕੋਈ ਵੀ ਵੱਧ ਘੱਟ ਗੱਲ ਨਿਕਲ ਗਈ ਹੋਵੇ